ਸਰਵਾਈਕਲ ਹੁੰਦਾ ਕੀ ਹੈ, ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਰਕੇ ਇਹ ਜਿਹੜਾ ਸਰਵਾਈਕਲ ਹੈ ਇਹ ਬੋਡੀ ਦੇ ਅੰਦਰ ਘਰ ਕਰ ਲੈਂਦਾ? ਗਗਨ ਜੀ, ਸਰਵਾਈਕਲ ਵੈਸੇ ਇੱਕ ਬਹੁਤ ਸਿੰਪਲ ਜਿਹੀ ਬਿਮਾਰੀ ਆ। ਇਹ ਜ਼ਿਆਦਾ ਅਕਸਰ ਉਹ ਬੰਦਿਆਂ ਨੂੰ ਹੁੰਦਾ ਜਿਹੜੇ ਕਿ ਪੜ੍ਹਾਈ ਲਿਖਾਈ ਦਾ ਕੰਮ ਕਰਦੇ ਆ, ਜ਼ਿਆਦਾ ਮੋਬਾਈਲ ਦਾ ਪ੍ਰਯੋਗ ਕਰਦੇ ਆ, ਜਾਂ ਫਿਰ ਕੀ ਕਹਿੰਦਾ ਜ਼ਿਆਦਾ ਟੈਲੀਵਿਜ਼ਨ ਵਗੈਰਾ ਦੇਖਣਾ, ਵੀ ਗਰਦਨ ਨੂੰ ਥੱਲੇ ਝੁਕਾ ਕੇ ਰੱਖਣਾ। ਤਾਂ ਇਹ ਪਤਾ ਕਿ ਨਿਸ਼ਾਨੀ ਕੀ ਹੈ ਵੀ ਜਿਹੜਾ ਸਰਵਾਈਕਲ ਉਹ ਬੋਡੀ ਦੇ ਅੰਦਰ ਹੁਣ ਆ ਚੁੱਕਿਆ? ਸਰਵਾਈਕਲ ਦੇ ਵਿੱਚ ਤੁਹਾਨੂੰ ਕਈ ਵਾਰੀ ਚੱਕਰ ਵੀ ਆਉਂਦੇ ਆ ਜੀ, ਅਤੇ ਗਰਦਨ 'ਚ ਬਹੁਤ ਭਾਰਾਪਨ ਰਹਿੰਦਾ, ਅਤੇ ਬੈਕ ਪੇਨ, ਪਿੱਠ 'ਚ ਵੀ ਕਈ ਵਾਰੀ ਨਾਲ ਆਪਾਂ ਨੂੰ ਹਲਕਾ ਹਲਕਾ ਜਿਹਾ ਭਾਰਾਪਨ ਮਹਿਸੂਸ ਦੇਣ ਲੱਗ ਜਾਂਦਾ, ਅਤੇ ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਰਵਾਈਕਲ ਤੁਹਾਡੀ ਬੋਡੀ ਦੇ ਵਿੱਚ ਆ ਚੁੱਕਿਆ ਜੀ। ਸਾਡਾ ਇੱਥੇ ਘੱਟੋ ਘੱਟ ਨਹੀਂ ਤਾਂ 250 ਸਾਲ ਪੁਰਾਣਾ ਕੰਮ ਹੈ। ਇਹ ਬਜ਼ੁਰਗਾਂ ਦੇ ਆਸ਼ੀਰਵਾਦ ਹੈ। ਸਾਡੇ ਕਈ ਚੀਜ਼ਾਂ ਦੀ ਦਵਾਈਆਂ ਸਾਡੇ ਬਜ਼ੁਰਗ ਵੀ ਫ੍ਰੀ ਦਿੰਦੇ ਸੀ, ਪਰ ਇਹ ਸਰਵਾਈਕਲ ਦੇ ਧਾਗੇ ਦੀ ਨਹੀਂ ਦਿੰਦੇ ਸੀ। ਸਰਵਾਈਕਲ ਦੇ ਧਾਗੇ ਦੀ ਮੇਰੇ ਗੁਰੂ ਜੀ ਨੇ ਮੈਨੂੰ ਸੇਵਾ ਸ਼ੁਰੂ ਕਰਾਈ ਆ, ਔਰ ਪਾ ਨੂੰ ਚਾਹੇ 200 ਬੰਦੇ ਪਾਈ ਜਾਂਦੇ ਧਾਗਾ, ਪਰ ਮੈਂ ਨਹੀਂ ਮੰਨਦਾ ਕਿ ਉਹ ਧਾਗਾ ਕੰਮ ਕਰਦਾ ਹੋਊਗਾ। ਪਰ ਠੀਕ ਹੈ, ਜੋ ਵੀ ਹੈ ਚੱਲੀ ਜਾ ਰਿਹਾ। ਸਰਵਾਈਕਲ ਦੀ ਇਹ ਸੇਵਾ ਜਿਹੜੀ, ਇਹ ਲੱਕੜ ਹੈ, ਇਹ ਬਿਨਾਂ ਪਾਠ ਤੋਂ ਮੈਂ ਤਾਂ ਇਹ ਸਮਝੂੰਗਾ ਜੀ ਕਿਸੇ ਵੀ ਕੰਮ ਦੀ ਨਹੀਂ ਹੈ ਜੀ। ਅਤੇ ਵੈਦ ਜੀ, ਜੇ ਮੈਂ ਗੱਲ ਕਰਾਂ ਇਹ ਸਰਵਾਈਕਲ ਦੇ ਧਾਗਿਆਂ ਦੀ, ਤਾਂ ਇਹ ਬੋਡੀ ਦੇ ਉੱਪਰ ਕੰਮ ਕਿਵੇਂ ਕਰਦਾ? ਦੇਖੋ ਜੀ, ਹੁਣ ਤਾਂ ਮੈਨੂੰ 15 ਸਾਲ ਹੋ ਗਏ, ਜਿੰਨਾ ਕੁ ਮੈਂ ਇਹਦੇ ਬਾਰੇ ਜਾਣਦਾ ਮੈਂ ਉਨਾ ਕੁ ਤੁਹਾਨੂੰ ਇਹਦੇ ਬਾਰੇ ਦੱਸਦਾ। ਸਟਾਰਟਿੰਗ ਦੇ ਵਿੱਚ ਸਰ ਸਾਡੇ ਕੋਲ ਬੰਦਾ ਆਉਂਦਾ, ਦੇਖੋ ਅਸੀਂ ਉਹਨੂੰ ਉੱਥੇ ਜੋ ਆਪਣੀ ਵਿਧੀ ਪੂਰੀ ਕਰਵਾਈ ਦੀ ਆ, ਜੋ ਉਹਨੂੰ ਸਿਸਟਮ ਸਮਝਾ ਦਈਦਾ ਵੀ ਆਹ ਕੰਮ ਤੁਸੀਂ ਕਰਨਾ ਨਾਲ ਬਾਅਦ ਵੀ, ਅਤੇ ਖਾਣ ਪੀਣ ਦਾ ਜੋ ਵੀ ਪਰਹੇਜ਼ ਆ, ਬਹੁਤ ਜ਼ਰੂਰੀ ਆ ਖਾਣ ਪੀਣ ਦਾ ਪਰਹੇਜ਼ ਦੇ ਵਿੱਚ, ਠੀਕ ਆ ਜੀ। ਉਹ ਕਰਵਾ ਕੇ ਦੱਸ ਦਈਦਾ, ਅਤੇ ਮੇਰੇ ਹਿਸਾਬ ਸਿਰ ਇਹ 1 ਘੰਟੇ ਤੋਂ ਲੈ ਕੇ 24 ਘੰਟੇ, ਬਹੁਤ ਰੀਅਲ ਜਿਨ੍ਹਾਂ ਦੇ ਜ਼ਿਆਦਾ ਪ੍ਰੋਬਲਮ ਹੋਵੇ 3 ਦਿਨ ਲੈ ਜਾਵੇ, ਸਰਵਾਈਕਲ 100% ਠੀਕ ਹੋ ਜਾਂਦਾ ਜੀ ਉਹਦਾ। ਸਤਿ ਸ਼੍ਰੀ ਅਕਾਲ, ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ, ਮੈਂ ਤੁਹਾਡਾ ਦੋਸਤ ਹੈ ਗਗਨ ਸਮਾਤ। ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਜਿਹੜਾ ਮਨੁੱਖ ਕਿਤੇ ਨਾ ਕਿਤੇ ਘਿਰਿਆ ਹੋਇਆ, ਸਰਵਾਈਕਲ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਸਮੱਸਿਆ ਹੈਗੀ ਆ, ਅਤੇ ਅੱਜ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਵੈਦ ਗਗਨਦੀਪ ਜੈਨ ਮੌਜੂਦ ਹੋਣਗੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਸਰਵਾਈਕਲ ਆਖਰ ਹੈ ਕੀ, ਇਸਦਾ ਇਲਾਜ ਕੀ ਹੈ। ਬੇਸ਼ੱਕ ਤੁਸੀਂ ਵੈਦ ਜੀ ਦੀਆਂ ਵੀਡੀਓ ਪਹਿਲਾਂ ਦੇਖ ਚੁੱਕੇ ਹੋ, ਜੋ ਕਿ ਸਰਵਾਈਕਲ ਦੇ ਧਾਗਿਆਂ ਦੇ ਇੱਕ ਵਾਰੀ ਨੇ ਲੰਗਰ ਵੀ ਲਾਇਆ ਸੀ, ਸਰਵਾਈਕਲ ਤੋਂ ਇਹ ਧਾਗਾ ਵੀ ਦਿੰਦੇ ਨੇ, ਪਰ ਅਸਲ ਦੇ ਵਿੱਚ ਸਰਵਾਈਕਲ ਹੁੰਦਾ ਕਿਉਂ ਆ, ਕਾਰਨ ਕੀ ਨੇ, ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਵੈਦ ਜੀ ਮੇਰੇ ਨਾਲ ਬੈਠੇ ਨੇ। ਵੈਦ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ, ਹੋਰ ਗਗਨ ਜੀ ਕੀ ਹਾਲ ਚਾਲ ਹੈ ਜੀ? ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈਗਾ ਅੱਜ ਕਿ ਸਰਵਾਈਕਲ ਦੇ ਅੱਜ ਕੱਲ੍ਹ ਬੜੀ ਜ਼ਿਆਦਾ ਲੋਕਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ, ਸਰਵਾਈਕਲ ਹੁੰਦਾ ਕੀ ਹੈ, ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਰਕੇ ਇਹ ਜਿਹੜਾ ਸਰਵਾਈਕਲ ਹੈ ਇਹ ਬੋਡੀ ਦੇ ਅੰਦਰ ਘਰ ਕਰ ਲੈਂਦਾ? ਗਗਨ ਜੀ, ਸਰਵਾਈਕਲ ਵੈਸੇ ਇੱਕ ਬਹੁਤ ਸਿੰਪਲ ਜਿਹੀ ਬਿਮਾਰੀ ਆ। ਇਹ ਜ਼ਿਆਦਾ ਅਕਸਰ ਉਹ ਬੰਦਿਆਂ ਨੂੰ ਹੁੰਦਾ ਜਿਹੜੇ ਕਿ ਪੜ੍ਹਾਈ ਲਿਖਾਈ ਦਾ ਕੰਮ ਕਰਦੇ ਆ, ਜ਼ਿਆਦਾ ਮੋਬਾਈਲ ਦਾ ਪ੍ਰਯੋਗ ਕਰਦੇ ਆ, ਜਾਂ ਫਿਰ ਕੀ ਕਹਿੰਦਾ ਜ਼ਿਆਦਾ ਟੈਲੀਵਿਜ਼ਨ ਵਗੈਰਾ ਦੇਖਣਾ, ਵੀ ਗਰਦਨ ਨੂੰ ਥੱਲੇ ਝੁਕਾ ਕੇ ਰੱਖਣਾ, ਮਜਬੂਰੀ ਆ। ਹੁਣ ਮੋਬਾਈਲ ਦਾ ਕੰਮ ਕਰਨ ਵਾਲੇ ਬੰਦੇ ਗਰਦਨ ਨੈਚੁਰਲ, ਜਿਹੜੇ ਮੋਬਾਈਲ ਵਗੈਰਾ ਠੀਕ ਕਰਦੇ ਆ, ਗਰਦਨ ਝੁਕਾ ਕੇ ਕਰਨਾ ਪੈਣਾ। ਜਿਹੜਾ ਕੰਪਿਊਟਰ ਦਾ ਕੰਮ ਕਰਦੇ ਨੈਚੁਰਲ ਗਰਦਨ ਝੁਕਾ ਕੇ, ਜਾਂ ਕੋਈ ਹੋਰ ਕਈ ਐਸੀ ਲਾਈਨਾਂ ਹੈਗੇ ਜਿਹ ਉਹਦੇ ਪਿੱਛੇ, ਗਰਦਨ ਦੇ ਪਿੱਛੇ ਇੱਕ ਭਾਰੀਪਨ ਮਹਿਸੂਸ ਹੋਣ ਲੱਗ ਜਾਂਦਾ ਉਸ ਟਾਈਮ 'ਚ, ਜਾ ਕੇ ਉਹ ਸਵੈਲ ਰਹਿਣ ਲੱਗ ਜਾਂਦੀ ਆ। ਸਵੈਲਿੰਗ ਉਹ ਪੇਟ ਦੀ ਬਾਏ ਦੇ ਕਰਕੇ ਹੁੰਦੀ ਆ। ਵੈਸੇ ਇਹਦਾ ਨਾਮ ਪੂਰਾ ਜਿਹੜਾ ਹੈਗਾ ਸਪਾਈਨ ਸਰਵਾਈਕਲ ਹੈ ਜੀ। ਇਹ ਸਪਾਈਨ ਤੋਂ ਚੱਲਦਾ, ਥੋੜ੍ਹਾ ਜਿਹਾ ਪਿੱਠ 'ਚ ਵੀ ਭਾਰਾਪਨ ਦਿੰਦਾ, ਅਤੇ ਨਾਲ ਗਰਦਨ 'ਚ ਵੀ ਭਾਰਾਪਨ ਦਿੰਦਾ, ਅਤੇ ਉਹ ਭਾਰਾਪਨ ਦਿੰਦੇ ਹੋਏ ਸਿਰ ਨੂੰ ਨਾਲ ਭਾਰਾਪਨ ਦਿੰਦਾ ਇਹ ਜੀ। ਉਹਦੇ ਵਿੱਚ ਦਰਦ ਮਹਿਸੂਸ ਹੁੰਦੀ ਆ, ਔਰ ਕਈਆਂ ਦੇ ਇੰਨੀ ਕੁ ਜ਼ਿਆਦਾ ਸਿਰ 'ਚ ਦਰਦ ਮਹਿਸੂਸ ਹੁੰਦੀ ਆ, ਉਹਨੂੰ ਪੇਨ ਕਿਲਰ ਵਗੈਰਾ ਦਾ ਵੀ ਪ੍ਰਯੋਗ ਕਰਨਾ ਪੈਂਦਾ। ਅਤੇ ਜੀ, ਜੇ ਇਹ ਸਰਵਾਈਕਲ ਦੀ ਗੱਲ ਕਰੀਏ ਤਾਂ ਫਿਰ ਕਿਵੇਂ ਪਤਾ ਲੱਗਦਾ ਵੀ ਸਰਵਾਈਕਲ ਜਿਹੜਾ ਬੋਡੀ ਦੇ ਵਿੱਚ ਆ ਚੁੱਕਿਆ? ਕਿਉਂਕਿ ਕਈ ਤਾਂ ਵੈਸੇ ਵੀ ਕਈ ਵਾਰ ਸਵੈਲਿੰਗ ਹੋ ਜਾਂਦੀ ਹੈ, ਜਾਂ ਵੈਸੇ ਵੀ ਕਈ ਵਾਰ ਦਿੱਕਤ, ਥੋੜ੍ਹਾ ਬਹੁਤ ਪੇਨ ਆਪਾਂ ਕਹਿ ਸਕਦੇ ਵੀ ਹੋਣ ਲੱਗ ਜਾਂਦਾ, ਹੈ ਨਾ? ਤਾਂ ਇਹ ਪਤਾ ਕਿ ਨਿਸ਼ਾਨੀ ਕੀ ਹੈ ਵੀ ਜਿਹੜਾ ਸਰਵਾਈਕਲ ਉਹ ਬੋਡੀ ਦੇ ਅੰਦਰ ਹੁਣ ਆ ਚੁੱਕਿਆ? ਸਰਵਾਈਕਲ ਦੇ ਵਿੱਚ ਤੁਹਾਨੂੰ ਕਈ ਵਾਰੀ ਚੱਕਰ ਵੀ ਆਉਂਦੇ ਆ ਜੀ, ਅਤੇ ਗਰਦਨ 'ਚ ਬਹੁਤ ਭਾਰਾਪਨ ਰਹਿੰਦਾ, ਅਤੇ ਬੈਕ ਪੇਨ, ਪਿੱਠ 'ਚ ਵੀ ਕਈ ਵਾਰੀ ਨਾਲ ਆਪਾਂ ਨੂੰ ਹਲਕਾ ਹਲਕਾ ਜਿਹਾ ਭਾਰਾਪਨ ਮਹਿਸੂਸ ਦੇਣ ਲੱਗ ਜਾਂਦਾ, ਅਤੇ ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਰਵਾਈਕਲ ਤੁਹਾਡੀ ਬੋਡੀ ਦੇ ਵਿੱਚ ਆ ਚੁੱਕਿਆ ਜੀ। ਜੇ ਆਪਾਂ ਸਰਵਾਈਕਲ ਦੀ ਰੋਕਥਾਮ ਦੀ ਗੱਲ ਕਰੀਏ ਤਾਂ ਬਹੁਤ ਤੁਸੀਂ ਵੀ ਜਿਹੜਾ ਇੱਕ ਧਾਗਾ ਪਾਉਂਦੇ ਹੋ ਜਿਸ ਨਾਲ ਤੁਸੀਂ ਦਾਅਵਾ ਕਰਦੇ ਹੋ ਵੀ ਸਰਵਾਈਕਲ ਜੜ੍ਹ ਤੋਂ ਖਤਮ ਹੋ ਜਾਂਦਾ, ਹੈ ਨਾ? ਅਤੇ ਵੈਸੇ ਬਹੁਤ ਸਾਰੇ ਲੋਕ ਮਾਰਕੀਟ ਦੇ ਵਿੱਚ ਬੈਠੇ ਆ,
ਤਾਂ ਉਹ ਵੀ ਇਹ ਦਾਅਵਾ ਕਰਦੇ ਨੇ ਵੀ ਸਾਡੇ ਕੋਲ ਵੀ ਇਹ ਧਾਗਾ ਚਮਤਕਾਰੀ ਜੋ ਤੁਸੀਂ ਪਾਉਂਦੇ ਹੋ ਵੀ ਸਾਡੇ ਧਾਗੇ ਨਾਲ ਵੀ ਠੀਕ ਹੁੰਦਾ, ਕਿ ਇਹ ਜਿਹੜਾ ਧਾਗਾ ਹੈਗਾ ਇਹ ਸਪੈਸ਼ਲ ਤੁਹਾਡੇ ਕੋਲੋਂ ਹੀ ਮਿਲਦਾ ਜਾਂ ਹੋਰ ਵੀ ਕਿਸੇ ਲੋਕਾਂ ਦੇ ਕੋਲੋਂ ਮਿਲਦਾ? ਗਗਨ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਇਹ ਸਰਵਾਈਕਲ ਦਾ ਜਿਹੜਾ ਧਾਗਾ ਜੀ, ਮੈਨੂੰ ਅੱਜ ਤੋਂ ਮੇਰੇ ਖਿਆਲ 15-16 ਸਾਲ ਹੋ ਗਏ ਇਹਨੂੰ ਪਾਉਂਦੇ ਨੂੰ। ਇਹ ਤੋਂ ਪਹਿਲਾਂ ਮੇਰੇ ਖਿਆਲ ਸਰਵਾਈਕਲ ਨਾਮ ਦੀ ਕੋਈ ਚੀਜ਼ ਵੀ ਨਹੀਂ ਸੀ ਦੁਨੀਆ ਦੇ ਵਿੱਚ, ਜਿਵੇਂ ਥਾਇਰਾਇਡ ਵਗੈਰਾ ਹੋ ਗਿਆ। ਅੱਜ ਤੋਂ 15-20 ਸਾਲ ਪਹਿਲਾਂ ਥਾਇਰਾਇਡ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਸੀ ਲੋਕਾਂ ਨੂੰ। ਇਹ ਸਰਵਾਈਕਲ ਵੀ ਜਿਹੜੇ ਅੱਜ ਤੋਂ ਮੇਰੇ ਹਿਸਾਬ ਸਿਰ 15-20 ਸਾਲ ਪੁਰਾਣੀ ਚੀਜ਼ ਆ। ਪਰ ਇੱਥੇ ਮੈਂ ਕਈ ਬੰਦੇ ਐਸੇ ਦੇਖੇ ਆ, ਅਸੀਂ ਵੀਡੀਓ ਵੀ ਦੇਖੀ ਦੇ, ਜਿਹੜੇ ਕਹਿੰਦੇ ਸਾਡੇ ਪੁਸ਼ਤਾਂ ਤੋਂ ਇਲਾਜ ਕਰਦੇ ਆ ਰਹੇ ਆ ਜੀ ਸਰਵਾਈਕਲ ਦਾ। ਅਸੀਂ ਉੱਥੇ ਹੈਰਾਨ ਹੋ ਜਾਈਦਾ, ਸਰਵਾਈਕਲ ਇੱਕ ਸ਼ਬਦ ਕੀ ਚੀਜ਼ ਹੈ ਔਰ ਉਹਨੂੰ ਲੋਕ ਕਿਸ ਹਿਸਾਬ ਸਿਰ ਯੂਜ਼ ਕਰ ਰਹੇ ਆ। ਮੈਂ ਸ਼ਾਇਦ ਇੰਨਾ ਵੀ ਜਾਣਦਾ ਹੋਊਗਾ, ਬੰਦਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਸਰਵਾਈਕਲ ਹੈ ਕੀ ਚੀਜ਼ ਆ। ਹੁਣ ਜਿਵੇਂ ਗਗਨ ਜੀ ਨੇ ਮੈਨੂੰ ਸਵਾਲ ਪੁੱਛਿਆ ਕਿ ਜਿਵੇਂ ਪੁਰਾਣੇ ਲੋਕ ਜਿਵੇਂ ਕਹਿੰਦੇ ਅਸੀਂ ਪੁਰਾਣੇ ਟਾਈਮ ਤੋਂ ਕਰਦੇ ਆ ਰਹੇ ਸਰਵਾਈਕਲ ਦਾ, ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਸੀਗੇ, ਪਰ ਉਹ ਚੀਜ਼ਾਂ ਇੱਕ ਗਲਤ ਹੈ। 15-20 ਸਾਲ ਪੁਰਾਣੀ ਬਿਮਾਰੀ ਨੂੰ ਤੁਸੀਂ ਇਹ ਨਹੀਂ ਕਹਿ ਕੇ ਕਰ ਸਕਦੇ ਕਿ ਪੁਰਾਣੇ ਪੁਸ਼ਤ ਕਰਦੇ ਆ ਰਹੇ ਆ। ਸਰਵਾਈਕਲ ਦੇ ਧਾਗੇ ਤਾਂ ਬਹੁਤ ਲੋਕ ਗਗਨ ਜੀ ਜਿਵੇਂ ਤੁਸੀਂ ਪੁੱਛਿਆ ਪਾ ਰਹੇ ਆ, ਪਰ ਬੇਸਿਕ ਸਾਡੇ ਬਾਜ਼ਾਰ 'ਚ ਤੋਂ 3-4 ਬੰਦੇ ਕੋਈ 50 ਰੁਪਏ ਲੈ ਕੇ ਪਾਈ ਜਾਂਦਾ, ਕੋਈ ਫ੍ਰੀ ਪਾਈ ਜਾਂਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਈ ਜਾਂਦਾ, ਠੀਕ ਹੈ ਜੀ। ਪਰ ਸਰਵਾਈਕਲ ਦੀ ਇੱਕ ਵਿਧੀ ਹੈ ਔਰ ਮੇਰੇ ਹਿਸਾਬ ਸਿਰ ਮੈਂ ਘੱਟੋ ਘੱਟ ਨਹੀਂ ਤਾਂ ਖੁਦ ਹੀ ਬਹੁਤ ਬੰਦੇ ਜਾਣਦਾ ਹੈ ਜਿਹੜੇ ਕਿ ਸਰਵਾਈਕਲ ਦੇ ਧਾਗਾ ਪਾ ਰਹੇ ਆ ਚੀਜ਼ ਵਿੱਚ, ਪਰ ਉਹ ਕੋਈ ਵਿਧੀ ਔਰ ਸਿਸਟਮ ਨਾਲ ਨਹੀਂ ਹੈ। ਜਿਹੜੇ ਸਾਡੇ ਕੋਲ ਇੱਥੇ ਸਰਵਾਈਕਲ ਦੇ ਧਾਗੇ ਪਾਏ ਜਾਂਦੇ ਆ ਉਹ ਤਕਰੀਬਨ ਇਹ ਪਾਠ ਕਰਕੇ ਆਉਂਦੇ ਜੀ। ਦੇਖੋ ਮੇਰਾ ਮੈਡੀਕਲ ਲਾਈਨ ਦਾ ਕੰਮ ਹੈ, ਮੈਂ ਵੈਸੇ ਵੀ ਧਾਗਿਆਂ 'ਚ ਫੇਥ ਨਹੀਂ ਕਰਦਾ, ਪਰ ਫਿਰ ਵੀ ਮੈਂ ਧਾਗਾ ਪਾਉਂਦਾ ਕਿਉਂਕਿ ਮੇਰੇ ਗੁਰੂ ਜੀ ਨੇ ਸ਼ੁਰੂ ਕਰਾਇਆ, ਜਿਨ੍ਹਾਂ ਨੇ ਮੈਨੂੰ ਹੋਰ ਚੀਜ਼ਾਂ ਜਿਨ੍ਹਾਂ ਦੇ ਮੈਂ ਨੁਸਖੇ ਇੱਥੇ ਵਰਤਦਾ ਜਾਂ ਜਿਨ੍ਹਾਂ ਨੂੰ ਮੈਂ ਇਹ ਗਿਆਨ ਲਿੱਤਾ, ਇਹ ਉਹਨਾਂ ਦੀ ਦਿੱਤੀ ਹੋਈ ਚੀਜ਼ ਹੈ। ਇਹ ਬਕਾਇਦਾ ਜਿਹੜੇ ਧਾਗੇ ਸਾਰੇ ਤੁਸੀਂ ਇਹ ਜਾਣਦੇ ਹੋ, ਇਹ ਧਾਗੇ ਦੇ ਅੰਦਰ ਇੱਕ ਆ ਗੋਲੀ ਹੈ, ਇੱਕ ਛੋਟੀ ਜਿਹੀ ਗੋਲੀ, ਇਹ ਲੱਕੜ ਤੁਸੀਂ ਕਹਿ ਸਕਦੇ ਹੋ, ਪਰ ਇਹ ਬੁੱਟੀ ਹੈ, ਇਹ ਪਾਠ ਹੋ ਕੇ ਆਉਂਦੀ ਹੈ ਬਕਾਇਦਾ। ਔਰ ਇਹਦੇ ਲਈ ਕਈ ਵਾਰੀ ਮੈਨੂੰ ਖੁਦ ਵੀ ਜਾਣਾ ਪੈਂਦਾ ਸਾਲ 'ਚ ਇੱਕ ਵਾਰੀ, ਉਹ ਮੈਨੂੰ ਕਹਿਣਗੇ ਵੀ ਗਗਨ ਤੈਨੂੰ ਆਪ ਆਉਣਾ ਪੈਣਾ, ਤੈਨੂੰ ਆਪ ਆ ਅਤੇ ਤੂੰ ਆਪ ਵੀ ਇਸ ਚੀਜ਼ਾਂ ਨੂੰ ਥੋੜ੍ਹਾ ਜਿਹਾ ਨਾਲ ਕਰ, ਕਿਉਂਕਿ ਤਾਂ ਕਿ ਮੇਰੇ ਹੱਥ ਦੀ ਸ਼ਫਾ ਜਿਹੜੀ ਦੇਣ, ਅਸੀਂ ਫ੍ਰੀ ਸੇਵਾ ਕਰਦੇ ਹਾਂ। ਦੇਖੋ ਇਹ ਆਸ਼ੀਰਵਾਦ ਹੀ ਹੁੰਦੇ ਬਜ਼ੁਰਗਾਂ ਦੇ, ਸਾਡਾ ਇੱਥੇ ਘੱਟੋ ਘੱਟ ਨਹੀਂ ਤਾਂ 250 ਸਾਲ ਪੁਰਾਣਾ ਕੰਮ ਹੈ, ਇਹ ਬਜ਼ੁਰਗਾਂ ਦੇ ਆਸ਼ੀਰਵਾਦ ਹੈ। ਸਾਡੇ ਕਈ ਚੀਜ਼ਾਂ ਦੀ ਦਵਾਈਆਂ ਸਾਡੇ ਬਜ਼ੁਰਗ ਵੀ ਫ੍ਰੀ ਦਿੰਦੇ ਸੀ, ਪਰ ਇਹ ਸਰਵਾਈਕਲ ਦੇ ਧਾਗੇ ਦੀ ਨਹੀਂ ਦਿੰਦੇ ਸੀ। ਸਰਵਾਈਕਲ ਦੇ ਧਾਗੇ ਦੀ ਮੇਰੇ ਗੁਰੂ ਜੀ ਨੇ ਮੈਨੂੰ ਸੇਵਾ ਸ਼ੁਰੂ ਕਰਾਈ ਆ, ਔਰ ਪਾ ਨੂੰ ਚਾਹੇ 200 ਬੰਦੇ ਪਾਈ ਜਾਂਦੇ ਧਾਗਾ, ਪਰ ਮੈਂ ਨਹੀਂ ਮੰਨਦਾ ਕਿ ਉਹ ਧਾਗਾ ਕੰਮ ਕਰਦਾ ਹੋਊਗਾ। ਪਰ ਠੀਕ ਹੈ, ਜੋ ਵੀ ਹੈ ਚੱਲੀ ਜਾ ਰਿਹਾ। ਸਰਵਾਈਕਲ ਦੀ ਇਹ ਸੇਵਾ ਜਿਹੜੀ ਇਹ ਲੱਕੜ ਹੈ, ਇਹ ਬਿਨਾਂ ਪਾਠ ਤੋਂ ਮੈਂ ਤਾਂ ਇਹ ਸਮਝੂੰਗਾ ਜੀ ਕਿਸੇ ਵੀ ਕੰਮ ਦੀ ਨਹੀਂ ਹੈ ਜੀ। ਸੋ ਵੇਖ ਜੀ, ਅੰਤਰ ਕੀ ਕਹਿ ਸਕਦੇ ਹਾਂ, ਜਿਹੜੇ ਲੋਕ ਮਾਰਕੀਟ ਦੇ ਵਿੱਚ ਬੈਠੇ ਆ ਉਹ ਵੀ ਦਾਅਵੇ ਕਰਦੇ ਆ ਕਿ ਸਾਡੇ ਕੋਲ ਉਹੀ ਧਾਗੇ ਨੇ, ਅਸੀਂ ਵੀ ਸਰਵਾਈਕਲ ਠੀਕ ਕਰਦੇ ਹਾਂ ਉਹ ਧਾਗਿਆਂ ਦੇ ਨਾਲ, ਅਤੇ ਜਿਹੜੇ ਤੁਹਾਡੇ ਕੋਲ ਧਾਗੇ ਨੇ, ਕਿੰਨਾ ਕੁ ਅੰਤਰ ਹੈਗਾ ਉਹਨਾਂ 'ਚ? ਧਾਗਾ ਤਾਂ ਸੇਮ ਦੇਖੋ ਨੂੰ ਇੱਕੋ ਹੀ ਹੁੰਦਾ ਨਾ ਜੀ, ਪਰ ਬੇਸਿਕ ਗਗਨ ਜੀ ਹੁਣ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇਹ ਧਾਗੇ ਤਕਰੀਬਨ ਪਾਠ ਹੋ ਕੇ ਆਉਂਦੇ ਆ ਜੀ ਮੇਰੇ ਕੋਲ, ਕਿਉਂਕਿ ਮੈਂ ਨਹੀਂ ਇਹਨਾਂ ਨੂੰ ਤਿਆਰ ਕਰਦਾ ਕੁਛ ਵੀ ਕਰਦਾ, ਮੇਰੇ ਕੋਲ ਵਿਚਲੀ ਗੋਲੀ ਜਿਹੜੀ ਇਹ ਵਿੱਚ ਵਾਲੀ ਗੋਲੀ ਹੈ ਇਹ ਪਾਠ ਹੋ ਕੇ ਆਉਂਦੀ ਹੈ। ਉੱਪਰਲੇ ਧਾਗੇ ਦਾ ਸਾਨੂੰ ਇੱਕ ਸਾਈਜ਼ ਆਇਆ ਹੁੰਦਾ, ਬਸ ਅਸੀਂ ਹਰ ਬੰਦੇ ਨੂੰ ਉਹੀ ਧਾਗੇ ਦੇਈਦਾ, ਪਰ ਅਸੀਂ ਨਾ ਇਹ ਗੱਠ ਖਲਵਾਈ ਦੀ ਹੈ ਨਾ ਕਿਸੇ ਨੂੰ ਕਹੀਦਾ, ਕਿਸੇ ਚਾਹੇ ਛੋਟਾ ਸਿਰ ਹੈ ਚਾਹੇ ਵੱਡਾ ਸਿਰ, ਸਭ ਦੇ ਧਾਗੇ ਇਹ ਤਕਰੀਬਨ ਨਿਕਲ ਜਾਂਦੇ। ਮੈਂ ਆਪਣੇ 15 ਸਾਲ 'ਚ ਕਿਸੇ ਦੇ ਸਿਰ 'ਚੋਂ ਨਹੀਂ ਦੇਖਿਆ ਕਿ ਨਹੀਂ ਨਿਕਲਦਾ, ਠੀਕ ਹੈ ਜੀ। ਬਾਕੀ ਕੀ ਕਹੀਦਾ, ਇਹਦੀ ਸੇਵਾ ਜਿਹੜੀ ਸਰਵਾਈਕਲ ਦੀ ਹੈ ਜੀ, ਇਹ ਕਰਨ ਵਾਲੇ ਤਾਂ ਤੁਹਾਨੂੰ ਚਾਹੇ ਜਿੰਨੇ ਮਰਜ਼ੀ ਬੰਦੇ ਮਿਲ ਜਾਂਦੇ ਆ, ਪਰ ਮੈਂ ਸਾਡੇ ਕੋਲ ਕਈ ਬੰਦਿਆਂ ਦੇ ਆਉਂਦੇ ਇੱਥੇ ਬੰਦੇ ਵਾਪਸ ਸਾਨੂੰ ਆ ਕੇ ਕਹਿੰਦੇ ਕਿ ਅਸੀਂ ਉੱਥੋਂ ਪਾਇਆ ਸੀਗਾ ਜੀ, ਅਸੀਂ ਕਹਿੰਦੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਬੈਠੋ, ਤੁਸੀਂ ਅੱਜ ਸਾਡੇ ਕੋਲ 10 ਮਿੰਟ ਪਾਠ ਕਰਕੇ ਜੋ ਇਹਦੀ ਵਿਧੀ ਦਾ ਸਿਸਟਮ ਅਸੀਂ ਪੂਰਾ ਕਰਵਾ ਕੇ ਅਗਲੇ ਨੂੰ ਦਿੰਦੇ ਹਾਂ, ਤਕਰੀਬਨ ਆਰਾਮ ਆਉਂਦਾ ਲੋਕਾਂ ਨੂੰ ਜੀ, ਕੋਈ ਐਸੀ ਗੱਲ ਨਹੀਂ। ਸਾਡੇ ਕੋਲ ਲੋਕਾਂ ਦੇ ਕਈ ਵਾਪਸ ਲੋਕ ਆਉਂਦੇ ਆ ਵੀ ਮੈਂ ਉੱਥੋਂ ਪਾਇਆ ਸੀ ਉੱਥੋਂ ਪਾਇਆ ਸੀ, ਤੁਹਾਨੂੰ ਸਾਹ ਪਤਾ ਲੱਗਦਾ ਕਿ ਹਾਂ ਵੀ ਇਹ ਜਗ੍ਹਾ 'ਤੇ ਵੀ ਧਾਗਾ ਪਾ ਰਹੇ, ਹੁਣ ਇਹ ਜਗ੍ਹਾ 'ਤੇ ਵੀ ਪਾ ਰਹੇ, ਇੱਥੇ ਪੈਸੇ ਲੈ ਕੇ ਪਾ ਰਹੇ ਆ, ਇਹ ਚੀਜ਼ਾਂ ਦਾ ਤਾਂ ਪਤਾ ਲੱਗਦਾ ਜੀ। ਸੋ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਮੇਰੇ ਹੱਥ ਦੇ ਵਿੱਚ ਨੇ, ਇਹ ਸਾਰੇ ਦੇ ਸਾਰੇ ਸਰਵਾਈਕਲ ਦੇ ਧਾਗੇ ਨੇ। ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਸਰਵਾਈਕਲ ਦੇ ਧਾਗੇ ਨੇ, ਜੋ ਕਿ ਵੈਦ ਗਗਨਦੀਪ ਜੈਨ ਜੀ ਹੈਗੇ ਆ ਬੈਠੇ ਮੇਰੇ ਨਾਲ, ਉਹਨਾਂ ਵੱਲੋਂ ਫ੍ਰੀ ਔਫਕੋਰਸ ਜਿਹੜੇ ਧਾਗੇ ਪਾਏ ਜਾਂਦੇ ਆ। ਕਿੰਨਾ ਮਰਜ਼ੀ ਪੁਰਾਣਾ ਤੁਹਾਡਾ ਸਰਵਾਈਕਲ ਹੋਵੇ, ਇਹ ਧਾਗੇ ਨੂੰ ਗਲ ਦੇ ਵਿੱਚ ਪਹਿਨਣ ਦੇ ਨਾਲ ਤੁਹਾਡਾ ਸਰਵਾਈਕਲ ਜਿਹੜਾ ਜੜ ਤੋਂ ਖਤਮ ਹੋਣਾ। ਬਿਲਕੁਲ ਸਹੀ ਤੁਸੀਂ ਸੁਣ ਰਹੇ ਹੋ, ਸਰਵਾਈਕਲ ਤੁਹਾਡਾ ਜੜ ਤੋਂ ਖਤਮ ਹੋਣਾ, ਕਿਉਂਕਿ ਇਹ ਜਿਹੜੇ ਧਾਗੇ ਨੇ ਇਹਨਾਂ ਦੇ ਉੱਪਰ ਪਾਠ ਕੀਤਾ ਜਾਂਦਾ, ਸਿੱਧ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਇਹ ਗਲਾਂ ਦੇ ਵਿੱਚ ਪਹਿਨਾਏ ਜਾਂਦੇ ਨੇ, ਅਤੇ ਇਹ ਜਿਹੜਾ ਸਰਵਾਈਕਲ ਆ ਜੜ ਤੋਂ ਖਤਮ ਕਹਿ ਦੇ ਸਕਦੇ ਹਾਂ ਵੀ ਆਪਾਂ ਹੋ ਜਾਂਦਾ। ਅਤੇ ਵੈਦ ਜੀ, ਜੇ ਮੈਂ ਗੱਲ ਕਰਾਂ ਇਹ ਸਰਵਾਈਕਲ ਦੇ ਧਾਗਿਆਂ ਦੀ, ਤਾਂ ਇਹ ਬੋਡੀ ਦੇ ਉੱਪਰ ਕੰਮ ਕਿਵੇਂ ਕਰਦਾ? ਦੇਖੋ ਜੀ,
हूँ तो मैं 15 साल हो गए, जिन्ना क मैं ये बारे जानता मैं उन्ना तो ये बारे दसदा। स्टार्टिंग दे विच सर साढ़े को बंदा आंदा, देखो असी उन्हों उत्थे जो अपनी विधि पूरी करवाई दी है, जो उन्होंने सिस्टम समझा दी दा भी आह काम तुसी करना नाल बाहर जी, तो खाण पीन का जो भी परहेज है बहुत जरूरी है, खाण पीन का परहेज दे विच ठीक है जी, वो करवा के दस दी दा। तो मेरे हिसाब सर ये 1 घंटे तो लैके 24 घंटे बहुत रियल, जिन्हें ज़्यादा प्रॉब्लम हो 3 दिन लग जाए, सर्वाइकल 100% ठीक हो जाता जी ये। हाँ जी, इस तो इलावा जिवें बाहर लोग तकरीबन होर सर्वाइकल के धागे दे देंगे, और इस लाइन के नहीं मास्टर, उन्होंने नॉलेज नहीं हैगी, वो तकरीबन की करते जिवें कोई मान लो जिन्होंने मोड़ों की प्रॉब्लम, मोड़ भी जिहड़े अपने आ कॉलर होंगे ना, ये आ नाल दर्द जाती है मोढ़े चो बाह नूं आउंदी है, ये प्रॉब्लम डिफरेंट आ, ये सर्वाइकल नहीं है। लोग अक्सर इस भी शायद सर्वाइकल समझते हैं, ये मोड़ों की प्रॉब्लम है, ये होने का कोई कारण कुछ होर है। और तीजा कारण इतने मैं तुहानूं शायद पहला भी एक वीडियो के दस्या सी, शायद गगन जी तुहाडे वक्ती हो मैं गल हुई सी तुहाडे नाल ही, कि तीजा कारण जिहड़ा हैगा मनकियां दी, मनकियां दे विच गैप आन जाण दे नाल तुहाडे गर्दन दे विच दर्द हुंदा, उहदा भी ट्रीटमेंट एक डिफरेंट है, उहदा भी सर्वाइकल वांग ही गर्दन च दर्द हुंदा ते नाल चक्कर आउंदे आ, ये सारा तुहानूं देख के दस दिता जाता हुंदा, जां उह मनकियां दा गैप दा तो तुसीं एक्सरे वगैरह भी करा सकदे, तुहानूं उत्थों भी पता लग जाता, पर मेन जिहड़ा सर्वाइकल दी है, सर्वाइकल 100% ये धागे नाल ठीक हो जाता। गुरु जी हुण तुहाडे कोले लोकां ने आउणा होवे तां तुहाडा प्रोपर एड्रैस की है, लोकेशन की है, किवें तुहानूं संपर्क कर सकदे आ जिहड़े सर्वाइकल दे धागे ने, कि इह जिहनूं सर्वाइकल आ उही आ के पा सकदा जां कोई इहनूं आ के लिजा भी सकदा हैगा, एड्रैस दस दो ते इह चीज़ जरूर क्लीयर कर दो वी सर्वाइकल वाला ही बंदा तुहाडे कोल आवे जां फैमिली दा कोई मैंबर भी आ सकदा। गगन जी तुसीं मैनूं पुछिया कि की कहिंदा सर्वाइकल दा पेशेंट, देखो जे सर्वाइकल दा पेशेंट आप खुद आउंदा 100 दे विचों 100% उहदे ठीक होण दे चांस आ। हुण एग्जाम्पल दे तौर ते साडे कोल कई वारी कोई बंदा मंगा लैंदा इहनूं धागे नूं, असीं दे दिंदे, असीं की कहिंदा भाई आ साडा एक नंबर आ जिवें 94-170-50-496, इस नंबर ते तुसीं वट्सएप ते गर्दन दी आह शोल्डर तो इस साइड की फोटो, एक आह शोल्डर तो इस साइड की फोटो, एक बैक की फोटो सानू भेज दियो, असी उहदे विच देख के तुहानूं सर्वाइकल है कि जिन्ना का अंदाजा हो सकता उस तो तुहानूं देख के दस देना सर्वाइकल है कि नहीं है, तो असी धागा उहदा कोई भी रैलेटिव साडे कोल आके लैके जा सकता, असी मना नहीं करते, कई बारी कोई बंदा नहीं आ सकता, पर मैं एक गल फिर भी यही कहूँगा इत्थे आंदा तुहानूं 100% नतीजा जी, वो जो तुहानूं इत्थे आंदा फायदा ना, क्योंकि जो असी इह च विधि करानी हुंदी फिर वो विधि नहीं हो पाती, उस तो बंदा थोड़ा जिहा छुट जाता, क्योंकि जो भी गुरु जी का सानूं समझाया असीं उवें ही कर रहे, मैनूं 15 साल हो गए असीं उवें ही पा रहे हैं, लोग इत्थों साढ़े कोल जाके बथेरे आप भी जिहड़े नहीं पहुँच सकते नहीं चल फिर सकते धागा लै जांदे आ, देरी दा कोई ऐसी गल नहीं, उहनां नूं भी आराम है, वो सब ठीक हुंदे आ जी। एड्रैस है जी मेन साडा चौड़े बाजार दे कोल सराफा बाजार दे विच, हकीम नारायण दास लब्बू राम जैन, साडा आयुर्वेदिक दा दवाइयां दा ही काम है जी, जड़ी बूटियां दा काम है साडा, ये आजदा नहीं साडा बहुत पुश्तैनी काम है, घट्टो घट 250 साल पुराना, मैं 6वीं पीढ़ी इत्थे बह रही हूँ जी, और ये सेवा मेरी खुद की चालू की, मैं नहीं लोगों वाग कहिंदा कि मेरी पुश्ता तो चलती आ रही, हाँ जी होर कई सेवावां हैगी जिवें बाबा सीर वगैरह सुक्की खांसी की, वो सेवा दी असी फ्री सेवा करते, साडे पुश्ता तो चलती आ रही है जी। सो इन्हें मेरे नाल वैद्य गगनदीप जैन जो कि सर्वाइकल की बिल्कुल फ्री ऑफ कॉस्ट जी सेवा करते हैं, धागे इन्हां दे वल्लों जिहड़े पाए जांदे ने सर्वाइकल दे, जिस नाल तुहाडा सर्वाइकल आ जड़ तों खत्म हो जाणा, 24 घंटिआं दे विच सर्वाइकल नूं ठीक करन दी जिहड़ी गल वैद कहिंदे ने, जेकर तुहानूं जां तुहाडे किसी रिश्तेदार नूं सर्वाइकल दी समस्या हैगी आ तां इन्हां दे नाल तुसीं संपर्क कर सकदे हो, वधेरे जानकारी लई इन्हां नूं तुसीं फोन वगैरह भी कर सकदे हो। तुसीं साडे नाल जुड़े हो, सिटी एयरलाइंस देख रहे हो, मैं तुहाडा दोस्त गगन समाल नाल कैमरामैन गुरसंत समाल।